ਸੋ ਸਾਰਿਆਂ ਨੂੰ ਜੈਮ ਸਿਧੀ। ਸੋ ਅੱਜ ਮੈਂ ਥੋੜ੍ਹਾ ਸਮਾਂ ਪ੍ਰਭੂ ਦਾ ਵਚਨ ਤੁਹਾਡੇ ਸਾਹਮਣੇ ਸ਼ੇਅਰ ਕਰਾਂਗਾ ਔਰ ਰੱਬ ਤੁਹਾਨੂੰ ਇਹਨਾਂ ਵਚਨਾਂ 'ਤੇ ਬਰਕਤ ਦੇਵੇ। ਅੱਜ ਮੈਂ ਬਾਈਬਲ ਵਿੱਚੋਂ ਗੱਲ ਕਰਦਾ ਹਾਂ ਪਰਮੇਸ਼ੁਰ ਦੇ ਵਚਨ ਦੇ ਵਿੱਚੋਂ ਕਿ ਅਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਜਾਣ ਲਿਆ ਹੈ, ਪ੍ਰਭੂ ਨੂੰ ਆਪਣਾ ਜੀਵਨ ਦੇ ਦਿੱਤਾ ਹੈ। ਮੇਰਾ ਸਵਾਲ ਇਹ ਹੈ ਕਿ ਅਸੀਂ ਪ੍ਰਭੂ ਨੂੰ ਜੀਵਨ ਦੇਣ ਤੋਂ ਬਾਵਜੂਦ ਵੀ ਕਿ ਅਸੀਂ ਪਰਮੇਸ਼ੁਰ ਨੂੰ ਖੁਸ਼ ਕਰ ਰਹੇ ਹਾਂ ਕਿ ਪਰਮੇਸ਼ੁਰ ਨੂੰ ਦੁਖੀ ਕਰਨੇ ਹਾਂ। ਪਰਮੇਸ਼ੁਰ ਖੁਸ਼ ਕਦੋਂ ਹੁੰਦੇ ਨੇ ਅਤੇ ਦੁਖੀ ਕਦੋਂ ਹੁੰਦੇ ਨੇ? ਆਓ ਅਸੀਂ ਇੱਕ ਵਚਨ ਪੜ੍ਹਾਂਗੇ ਕਿ ਪਰਮੇਸ਼ੁਰ ਯਿਸੂ ਮਸੀਹ ਸਾਡੇ ਜੀਵਨ ਦੇ ਵਿੱਚੋਂ ਦੁਖੀ ਕਦੋਂ ਹੁੰਦੇ ਨੇ। ਪੜ੍ਹੀਏ ਜ਼ਬੂਰਾਂ ਦੀ ਕਿਤਾਬ 5 ਅਧਿਆਏ 4 ਐਤ ਵਿੱਚ ਇਸ ਤਰ੍ਹਾਂ ਲਿਖਿਆ ਹੈ, ਤੂੰ ਤਾਂ ਅਜਿਹਾ ਪਰਮੇਸ਼ੁਰ ਨਹੀਂ ਜੋ ਦੁਸ਼ਟਤਾਈ ਤੋਂ ਪ੍ਰਸੰਨ ਹੋਵੇ। ਪਰਮੇਸ਼ੁਰ ਦੁਸ਼ਟਤਾਈ ਵਾਲੇ ਕੰਮਾਂ ਤੋਂ ਕਦੇ ਵੀ ਖੁਸ਼ ਨਹੀਂ ਹੁੰਦੇ। ਪਰਮੇਸ਼ੁਰ ਕਦੇ ਵੀ ਨਹੀਂ ਖੁਸ਼ ਹੁੰਦੇ, ਕਦੇ ਪ੍ਰਸੰਨ ਨਹੀਂ ਹੁੰਦੇ ਜੇ ਸਾਡੇ ਕੰਮ ਬੁਰੇ ਨੇ, ਤੌਬਾ ਕਰਨ ਤੋਂ ਬਾਵਜੂਦ ਵੀ, ਬਪਤਿਸਮਾ ਲੈਣ ਤੋਂ ਬਾਵਜੂਦ ਵੀ ਸਾਡੇ ਕੰਮ ਪਹਿਲੇ ਵਾਲੇ ਨੇ, ਬੁਰੇ ਕੰਮ ਨੇ, ਦੁਸ਼ਟਾਂ ਵਾਲੀ ਸਾਡੀ ਮੱਤ ਹੈ। ਅਤੇ ਪਰਮੇਸ਼ੁਰ ਕਹਿ ਰਿਹਾ, ਵਚਨ ਪ੍ਰਭੂ ਦਾ ਕਹਿ ਰਿਹਾ, ਬਾਈਬਲ ਕਹਿੰਦੀ ਹੈ ਦੁਸ਼ਟਾਈ ਤੋਂ ਪਰਮੇਸ਼ੁਰ ਕਹਿ ਰਿਹਾ ਮੈਨੂੰ ਪ੍ਰਸੰਨ ਨਹੀਂ, ਮੈਂ ਖੁਸ਼ ਨਹੀਂ ਹੁੰਦਾ ਉਸ ਕੰਮਾਂ ਤੋਂ। ਅਤੇ ਝਾਤੀ ਮਾਰੋ ਆਪਣੇ ਜੀਵਨ ਦੇ ਵਿੱਚ ਕਿ ਅਸੀਂ ਪਰਮੇਸ਼ੁਰ ਨੂੰ ਖੁਸ਼ ਕਰ ਰਹੇ ਹਾਂ ਕਿ ਦੁਖੀ ਕਰ ਰਹੇ ਹਾਂ। ਜੇ ਸਾਡੇ ਕੰਮ ਬੁਰੇ ਨੇ, ਅਸੀਂ ਕਦੇ ਰੱਬ ਨੂੰ, ਪਰਮੇਸ਼ੁਰ ਨੂੰ ਕਦੇ ਵੀ ਖੁਸ਼ ਨਹੀਂ ਕਰ ਸਕਦੇ ਕਿ ਅਸੀਂ ਪਰਮੇਸ਼ੁਰ ਦੇ ਹੁਕਮ ਦੇ ਅਨੁਸਾਰ ਚੱਲ ਰਹੇ ਹਾਂ, ਕਿ ਅਸੀਂ ਰੱਬ ਦੇ ਵਚਨ ਨੂੰ ਪੂਰਾ ਕਰ ਰਹੇ ਹਾਂ, ਜੋ ਸਾਨੂੰ ਪਰਮੇਸ਼ੁਰ ਨੇ ਕਿਹਾ ਸੀ ਉਸਦੇ ਅਨੁਸਾਰ ਚੱਲ ਰਹੇ ਹਾਂ। ਹਾਲੇਲੂਇਆ। ਜੇ ਤੁਹਾਡੇ ਜੀਵਨ ਦੇ ਵਿੱਚ ਕੋਈ ਬੁਰਿਆਈ ਹੈ ਤਾਂ ਛੱਡ ਦਿਓ ਬੁਰਿਆਈ ਨੂੰ, ਇਕਰਾਰ ਕਰੋ ਪਰਮੇਸ਼ੁਰ ਅੱਗੇ, ਪ੍ਰਭੂ ਨੂੰ ਕਹੋ ਪਰਮੇਸ਼ੁਰ ਮੈਂ ਤੈਨੂੰ ਆਪਣੇ ਜੀਵਨ ਵਿੱਚ ਸੱਚਮੁੱਚੀ ਖੁਸ਼ ਕਰਾਂ, ਮੈਂ ਤੈਨੂੰ ਪ੍ਰਸੰਨ ਕਰਾਂ। ਅਸੀਂ ਦੁਖੀ ਕਿੱਦਾਂ ਕਰਦੇ ਹਾਂ ਪਰਮੇਸ਼ੁਰ ਨੂੰ ਅਤੇ ਖੁਸ਼ ਕਿੱਦਾਂ ਕਰ ਸਕਦੇ ਹਾਂ? ਹਾਲੇਲੂਇਆ। ਰੋਮੀਆਂ ਦੀ ਕਿਤਾਬ 'ਚ ਲਿਖਿਆ ਹੈ 8 ਅਧਿਆਏ 8 ਐਤ ਵਿੱਚ ਇਸ ਤਰ੍ਹਾਂ ਲਿਖਿਆ, ਜਿਹੜੇ ਸਰੀਰਕ ਹਨ ਉਹ ਕਦੇ ਵੀ ਪਰਮੇਸ਼ੁਰ ਨੂੰ ਪ੍ਰਸੰਨ ਨਹੀਂ ਕਰ ਸਕਦੇ। ਰੋਮੀਆਂ 8:8 ਵਿੱਚ ਲਿਖਿਆ ਜਿਹੜੇ ਸਰੀਰਕ ਨੇ ਉਹ ਕਦੇ ਵੀ ਪਰਮੇਸ਼ੁਰ ਨੂੰ ਖੁਸ਼ ਨਹੀਂ ਕਰ ਸਕਦੇ। ਜੇ ਅਸੀਂ ਸਰੀਰ ਦੇ ਅਨੁਸਾਰ ਚੱਲ ਰਹੇ ਹਾਂ, ਸਰੀਰ ਦਾ ਕਹਿਣਾ ਮੰਨਦੇ ਹਾਂ, ਸਰੀਰ ਤਾਂ ਕਹਿੰਦਾ ਪ੍ਰਾਰਥਨਾ ਨਾ ਕਰੋ, ਸਰੀਰ ਕਹਿੰਦਾ ਹੈ ਬਾਈਬਲ ਨਾ ਪੜ੍ਹੋ, ਸਰੀਰ ਸਾਨੂੰ ਆਤਮਾ ਦੀਆਂ ਗੱਲਾਂ ਕਦੇ ਸੁਣ ਨਹੀਂ ਦੇਵੇਗਾ। ਜੇ ਅਸੀਂ ਸਰੀਰ ਦੀ ਇੱਛਾ ਦੇ ਅਨੁਸਾਰ ਚੱਲ ਰਹੇ ਹਾਂ, ਸਰੀਰ ਦੀ ਇੱਛਾ ਦੇ ਅਨੁਸਾਰ ਕੰਮ ਕਰਦੇ ਹਾਂ ਤਾਂ ਮੇਰੀ ਬਾਈਬਲ ਕਹਿੰਦੀ ਹੈ, ਅਸੀਂ ਵਚਨ ਪੜ੍ਹਿਆ ਕਿ ਉਹ ਇਨਸਾਨ ਪਰਮੇਸ਼ੁਰ ਨੂੰ ਕਦੇ ਵੀ ਪ੍ਰਸੰਨ ਨਹੀਂ ਕਰ ਸਕਦਾ। ਅਸੀਂ ਪਰਮੇਸ਼ੁਰ ਨੂੰ ਪ੍ਰਸੰਨ ਕਿੱਦਾਂ ਕਰ ਸਕਦੇ ਹਾਂ? ਆਤਮਿਕ ਤੁਹਾਨੂੰ ਬਣਨਾ ਪਵੇਗਾ। ਜਿਹੜੇ ਆਤਮਿਕ ਬਣ ਜਾਂਦੇ ਨੇ ਉਹ ਪਰਮੇਸ਼ੁਰ ਨੂੰ ਖੁਸ਼ ਕਰਦੇ ਨੇ, ਉਹ ਪਰਮੇਸ਼ੁਰ ਨੂੰ ਖੁਸ਼ ਕਰਦੇ ਨੇ। ਅਤੇ ਯੂਹੰਨਾ ਦੀ ਅੰਜੀਲ ਉਸਦੀ ਪੜ੍ਹਦੇ ਹਾਂ 4 ਅਧਿਆਏ ਦੀ 23 ਐਤ ਵਿੱਚ, ਪਰਮੇਸ਼ੁਰ ਕਿੰਨਾ ਲੋਕਾਂ ਨੂੰ ਧਰਤੀ 'ਤੇ ਲੱਭ ਰਿਹਾ ਹੈ। ਇੱਕ ਵਚਨ ਯਾਦ ਨਹੀਂ ਆ ਰਿਹਾ, ਬਾਈਬਲ 'ਚ ਲਿਖਿਆ ਪਰਮੇਸ਼ੁਰ ਧਰਤੀ 'ਤੇ ਨਿਗਾਹ ਮਾਰਦਾ ਹੈ, ਦੇਖਦਾ ਹੈ ਧਰਤੀ 'ਤੇ ਕਿੰਨਾ ਲੋਕਾਂ ਨੂੰ, ਉਹਨਾਂ ਲੋਕਾਂ ਨੂੰ ਜਿਹੜੇ ਪਰਮੇਸ਼ੁਰ ਨੂੰ ਖੁਸ਼ ਕਰ ਸਕਣ, ਜਿਹੜੇ ਪਰਮੇਸ਼ੁਰ ਨੂੰ ਪ੍ਰਸੰਨ ਕਰ ਸਕਣ। ਪ੍ਰਸੰਨ ਉਹ ਹੀ ਕਰ ਸਕਦਾ ਹੈ ਜਿਹੜਾ ਆਤਮਿਕ ਬਣ ਜਾਂਦਾ ਹੈ। ਪਰਮੇਸ਼ੁਰ ਬਸ ਧਰਤੀ 'ਤੇ ਨਜ਼ਰ ਮਾਰਦਾ ਹੈ ਆਤਮਿਕ ਬੰਦਿਆਂ ਵਿੱਚ, ਉਹ ਦੇਖ ਰਿਹਾ ਕਿਹੜੇ ਕਿਹੜੇ ਆਤਮਿਕ ਬੰਦੇ ਨੇ, ਕਿਹੜੇ ਕਿਹੜੇ ਮੈਨੂੰ ਪ੍ਰਸੰਨ ਕਰ ਸਕਦੇ ਨੇ। ਆਓ ਅਸੀਂ ਪੜ੍ਹਾਂਗੇ ਯੂਹੰਨਾ ਦੀ ਅੰਜੀਲ 4 ਅਧਿਆਏ ਉਹਦਾ 23 ਵਚਨ, ਉਹ ਸਮਾਂ ਆਉਂਦਾ ਹੈ ਸਗੋਂ ਹੁਣੇ ਹੈ, ਸੱਚੇ ਭਗਤ ਆਤਮਾ ਔਰ ਸੱਚਾਈ ਨਾਲ ਪਿਤਾ ਦੀ ਭਗਤੀ ਕਰਨਗੇ, ਕਿਉਂਕਿ ਇਹੋ ਜਿਹਾ ਭਗਤਾਂ ਨੂੰ ਪਰਮੇਸ਼ੁਰ ਚਾਹੁੰਦਾ ਹੈ। ਬਸ ਬੋਲੋ ਹਾਲੇਲੂਇਆ।
ਜਿਹੜੇ ਪਿਤਾ ਦੀ ਭਗਤੀ ਆਤਮਾ ਦੇ ਵਿੱਚ ਹੋ ਕੇ ਸੱਚਾਈ ਦੇ ਵਿੱਚ ਹੋ ਕੇ ਆਤਮਿਕ ਹੋ ਕੇ ਜਿਹੜੇ ਪਰਮੇਸ਼ਵਰ ਦੀ ਭਗਤੀ ਕਰਦੇ ਨੇ, ਮੇਰੀ ਬਾਈਬਲ ਕਹਿੰਦੀ ਹੈ ਪਰਮੇਸ਼ਵਰ ਇਹੋ ਜਿਹੇ ਭਗਤਾਂ ਨੂੰ ਹੀ ਚਾਹ ਰਿਹਾ ਹੈ। ਬਸ ਹਲੇਲੂਇਆ। ਆਤਮਿਕ ਸਾਨੂੰ ਬਣਨ ਦੀ ਲੋੜ ਹੈ। ਜਿੱਦਾਂ ਤੁਸੀਂ ਆਤਮਿਕ ਬਣ ਜਾਓਗੇ, ਅਤੇ ਮੇਰੀ ਬਾਈਬਲ ਕਹਿੰਦੀ ਹੈ ਆਤਮਿਕ ਬੰਦਿਆਂ ਦੀ ਕੁਝ ਨਿਸ਼ਾਨੀਆਂ ਹੁੰਦੀਆਂ ਨੇ। ਉਹ ਨਿਸ਼ਾਨੀ ਪਤਾ ਕਿਹੜੀ ਹੈ? ਪਹਿਲੀ ਨਿਸ਼ਾਨੀ, ਆਤਮਿਕ ਬੰਦਿਆਂ ਦੀ ਇੱਕ ਨਿਸ਼ਾਨੀ ਹੁੰਦੀ ਹੈ, ਮੈਂ ਬਸ ਸਮਾਪਤ ਕਰਨ ਵਾਲਾ ਹਾਂ। ਆਤਮਿਕ ਬੰਦੇ ਦੀ ਇੱਕ ਨਿਸ਼ਾਨੀ ਹੁੰਦੀ ਹੈ, ਜ਼ਬੂਰਾਂ ਦੀ ਕਿਤਾਬ ਕੱਢੀ ਜਰਾ, ਇੱਕ ਅਧਿਆਏ ਉਹਦੇ ਇੱਕ ਐਪ ਵਿੱਚ ਲਿਖਿਆ ਹੋਇਆ ਹੈ, ਧਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ। ਪਤਾ ਕਿਉਂ? ਅਸੀਂ ਪਹਿਲਾਂ ਵਚਨ ਪੜਿਆ ਸੀ, ਤੂੰ ਤਾਂ ਅਜਿਹਾ ਪਰਮੇਸ਼ਵਰ ਨਹੀਂ ਜੋ ਦੁਸ਼ਟਾਈ ਤੋਂ ਪ੍ਰਸੰਨ ਹੋਵੇ। ਆਤਮਿਕ ਬੰਦਿਆਂ ਦੀ ਇਹ ਨਿਸ਼ਾਨੀ ਹੁੰਦੀ ਹੈ, ਪਹਿਲੀ ਨਿਸ਼ਾਨੀ ਹੈ ਕਿ ਧਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, ਅਤੇ ਨਾ ਪਾਪੀਆਂ ਦੇ ਰਾਹ ਵਿੱਚ ਖੜ੍ਹਾ ਰਹਿੰਦਾ, ਨਾ ਮਖੌਲੀਆਂ ਦੀ ਜੁੰਡੀ ਵਿੱਚ ਬਹਿੰਦਾ। ਇਹ ਆਤਮਿਕ ਬੰਦਿਆਂ ਦੀ ਨਿਸ਼ਾਨੀਆਂ ਨੇ। ਉਹ ਦੁਸ਼ਟਾਂ ਦੀ ਮੱਤ 'ਤੇ ਨਹੀਂ ਚੱਲਦਾ, ਉਹ ਪਾਪੀਆਂ ਦੇ ਰਾਹ ਵਿੱਚ ਨਹੀਂ ਖੜ੍ਹਾ ਰਹਿੰਦਾ, ਨਾ ਉਹ ਮਖੌਲੀਆਂ ਦੀ ਜੁੰਡੀ ਵਿੱਚ ਬੈਠਦਾ ਹੈ। ਅੱਗੇ ਲਿਖਿਆ, ਉਹ ਯਹੋਵਾ ਦੀ ਬਵਿਸਤਾ ਵਿੱਚ ਮਗਨ ਰਹਿੰਦਾ, ਯਹੋਵਾ ਦੇ ਵਚਨ ਵਿੱਚ ਮਗਨ ਰਹਿੰਦਾ, ਦਿਨ ਰਾਤ ਪਰਮੇਸ਼ੁਰ ਦੀ ਬਵਿਸਤਾ 'ਤੇ ਧਿਆਨ ਕਰਦਾ, ਵਚਨ 'ਤੇ ਧਿਆਨ ਕਰਦਾ। ਇਹ ਹੈ ਆਤਮਿਕ ਬੰਦਿਆਂ ਦੀ ਨਿਸ਼ਾਨੀ। ਜਦੋਂ ਤੁਸੀਂ ਆਤਮਿਕ ਬਣ ਜਾਓਗੇ, ਤਾਂ ਮੇਰੀ ਬਾਈਬਲ ਕਹਿੰਦੀ ਹੈ ਉਹ ਉਸ ਬ੍ਰਿਸ਼ ਵਰਗਾ ਹੋਵੇਗਾ ਜੋ ਪਾਣੀਆਂ ਦੀਆਂ ਨਦੀਆਂ ਉੱਤੇ ਲਾਇਆ ਹੋਇਆ, ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ, ਜਿਹਦੇ ਪੱਤੇ ਕਦੇ ਨਹੀਂ ਕਮਲਾਉਂਦੇ। ਅੱਗੇ ਲਿਖਿਆ, ਜੋ ਕੁਝ ਉਹ ਕਰੇ ਉਹ ਸਫਲ ਹੁੰਦਾ ਹੈ। ਹਾਲੇਲੂਇਆ। ਇਹ ਆਤਮਿਕ ਬੰਦਿਆਂ ਦੀ ਨਿਸ਼ਾਨੀਆਂ ਨੇ। ਆਤਮਿਕ ਬੰਦਾ ਹਮੇਸ਼ਾ ਪ੍ਰਾਰਥਨਾ ਕਰਕੇ ਹੀ ਸੌਵੇਗਾ। ਆਤਮਿਕ ਬੰਦਾ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣੇਗਾ, ਪ੍ਰਭੂ ਦੇ ਵਚਨ ਨੂੰ ਸੁਣੇਗਾ, ਉਹਦੇ ਅਨੁਸਾਰ ਚੱਲੇਗਾ। ਅਤੇ ਜਿਹੜਾ ਸਰੀਰ ਦੀ ਇੱਛਾ ਦੇ ਅਨੁਸਾਰ ਚੱਲਦਾ ਹੈ ਉਹ ਕਦੇ ਪ੍ਰਾਰਥਨਾ ਕਰਕੇ ਨਹੀਂ ਸੋਵੇਗਾ। ਉਹਨੂੰ ਡਰ ਨਹੀਂ ਰਹੇਗਾ ਪਰਮੇਸ਼ਵਰ ਦਾ। ਡਰ ਉਹ ਰੱਖ ਸਕਦਾ ਹੈ ਜਿਹੜਾ ਆਤਮਿਕ ਹੈ, ਅਤੇ ਆਤਮਿਕ ਲੋਕ ਹੀ ਪਰਮੇਸ਼ਵਰ ਨੂੰ ਖੁਸ਼ ਕਰ ਸਕਦੇ ਨੇ। ਬੋਲੋ ਹਾਲੇਲੂਇਆ। ਕੀ ਅਸੀਂ ਆਪਣੀ ਜ਼ਿੰਦਗੀ ਵਿੱਚ ਪਰਮੇਸ਼ਵਰ ਨੂੰ ਖੁਸ਼ ਕਰ ਰਹੇ ਹਾਂ ਕਿ ਜਾਂ ਦੁਖੀ ਕਰ ਰਹੇ ਹਾਂ? ਬੋਲੋ ਹਾਲੇਲੂਇਆ, ਹਾਲੇਲੂਇਆ। ਅਸੀਂ ਜੇ ਅਸੀਂ ਪ੍ਰਭੂ ਨੂੰ ਜਾਣ ਚੁੱਕੇ ਹਾਂ, ਸਾਨੂੰ ਪ੍ਰਭੂ ਨੇ ਬਚਾਇਆ ਹੈ ਬਲ ਦੀ ਅੱਗ ਵਿੱਚੋਂ, ਪਾਪਾਂ ਵਿੱਚੋਂ, ਨਸ਼ਿਆਂ ਵਿੱਚੋਂ, ਗੰਦੇ ਕੰਮਾਂ ਦੇ ਵਿੱਚੋਂ, ਦੁੱਖਾਂ ਦੇ ਵਿੱਚੋਂ। ਅਤੇ ਮੈਂ ਤੁਹਾਨੂੰ ਸਲਾਹ ਦਿੰਦਾ, ਇੱਕ ਤੁਸੀਂ ਆਪਣੇ ਜੀਵਨ ਵਿੱਚ ਸਿਰਫ ਪ੍ਰਭੂ ਯਿਸੂ ਮਸੀਹ ਨੂੰ ਖੁਸ਼ ਰੱਖੋ। ਤੁਸੀਂ ਖੁਸ਼ ਰੱਖੋਗੇ ਨਾ, ਅਤੇ ਪ੍ਰਭੂ ਪਰਮੇਸ਼ਵਰ ਕਹਿ ਰਿਹਾ ਹੈ ਜੋ ਕੋਈ ਤੁਸੀਂ ਕਰੋਗੇ ਸਫਲ ਹੋ ਜਾਓ। ਹਾਲੇਲੂਇਆ, ਆਮੀਨ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਗੋਡ ਬਲੈਸ ਯੂ।